ਚਲ ਕਹਿੰਦੇ ਆ ਸਾਫ਼ ਹੀ ਆ ਬੜੀ ਫੇਸ ਸਾਫ਼ ਆ ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆ ਰਹੀ ਆਵਾਜ਼? ਚਲੋ ਚੜ੍ਹਦੀ ਕਲਾ ਜੀ। ਬੇਨਤੀ ਤੁਹਾਡੇ ਨਾਲ ਕਰਨੀ ਇੱਕ ਤਾਂ ਇਹ ਵੀ ਤੁਸੀਂ ਜਾਣਦੇ ਹੋ ਵੀ ਜਿਹੜਾ ਕੱਲ੍ਹ ਮਸਲਾ ਹੋਇਆ ਉਹ ਸਿੰਗਲਾ ਇੱਕ ਜਿਹੜਾ ਸੀਗਾ ਬਾਂਦਰ ਪਟਿਆਲਾ ਉਹਨੇ ਕਿਸ ਤਰੀਕੇ ਦੇ ਨਾਲ ਪ੍ਰੋਵੋਕ ਕੀਤਾ ਅਤੇ ਉਹਨੇ ਜੋ ਬਕਵਾਸਬਾਜ਼ੀ ਕੀਤੀ ਸੀ ਕਿ ਮੈਂ ਖਾਲਿਸਤਾਨ ਵਿਰੁੱਧ ਮਾਰਚ ਕੱਢਣਾ ਅਤੇ ਉਹਦੇ ਵਿੱਚ ਉਹਨੇ ਜੋ ਵੀ ਸਾਹਮਣੇ ਤੁਹਾਡੇ ਹਾਲਾਤ ਨੇ ਪੈਦਾ ਕੀਤੇ ਕਿਸ ਤਰੀਕੇ ਦੇ ਨਾਲ ਪਹਿਲਾਂ ਪ੍ਰਵੋਕ ਕੀਤਾ ਪ੍ਰਸ਼ਾਸਨ ਦੇ ਵੱਲੋਂ ਬੇਸ਼ੱਕ ਵਧੀਆ ਪ੍ਰਬੰਧ ਕੀਤੇ ਗਏ ਸੀਗੇ ਕਿਸੇ ਵੀ ਤਰ੍ਹਾਂ ਦਾ ਕੋਈ ਉੱਥੇ ਅਣਸੁਖਾਵਾਂ ਮਾਹੌਲ ਨਾ ਬਣੇ ਪਰ ਉਹਦੇ ਵੱਲੋਂ ਵਾਰ ਵਾਰ ਜਿਹੜੀ ਪ੍ਰੋਵੋਕੇਸ਼ਨ ਕੀਤੀ ਜਾ ਰਹੀ ਸੀ ਅਤੇ ਬਾਅਦ ਦੇ ਵਿੱਚ ਜਦੋਂ ਸੰਗਤਾਂ ਰੋਡ ਦੇ ਉੱਤੇ ਨਿਕਲਦੀਆਂ ਨੇ ਅਤੇ ਬੜੇ ਸ਼ਾਂਤਮਈ ਤਰੀਕੇ ਨਾਲ ਸੰਗਤਾਂ ਲੰਘ ਰਹੀਆਂ ਸੀਗੀਆਂ ਅਤੇ ਉਹ ਸਾਰੀ ਤੁਸੀਂ ਦੇਖੀ ਆ ਮੀਡੀਆ ਵਿੱਚ ਵੀ ਹੁਣ ਸਾਰੀ ਸੱਚਾਈ ਸਾਹਮਣੇ ਆ ਗਈ ਹੈ ਵੀ ਲੰਘਦੀਆਂ ਹੋਈਆਂ ਸੰਗਤਾਂ ਦੇ ਉੱਤੇ ਮੰਦਰ ਦੀ ਆੜ ਦੇ ਵਿੱਚ ਉਹਨੇ ਅਟੈਕ ਕੀਤਾ ਸੰਗਤਾਂ 'ਤੇ ਪੱਥਰ ਵਰਸਾਏ ਕਿਰਪਾਨਾਂ ਦੇ ਨਾਲ ਹਮਲੇ ਕੀਤੇ ਜਿਵੇਂ ਗੁਰਸੇਵਕ ਸਿੰਘ ਭਾਣਾ ਮੁੰਡਾ ਲੰਘ ਰਿਹਾ ਸੀਗਾ ਅਤੇ ਪਿੱਛੋਂ ਇੱਕ ਬੰਦੇ ਨੇ ਭੱਜ ਕੇ ਕਿਰਪਾਨ ਮਾਰੀ ਈਵਨ ਬਾਅਦ ਦੇ ਵਿੱਚ ਪੁਲਿਸ ਨੂੰ ਜਿਹੜਾ ਸੀਗਾ ਕਰਨਾ ਪਿਆ ਬਘੇਲ ਸਿੰਘ ਜੀ ਏਸੀ ਲਾਇਆ ਹਾਂਜੀ ਹਾਂਜੀ ਜੀ ਏਸੀ ਲਾਇਆ ਜੀ ਬਿਲਕੁਲ ਵੇਖੋ ਅਸੀਂ ਸੰਤਾਂ ਦੇ ਫੋਟੋ ਉੱਤੇ ਅਸੀਂ ਲਾਇਆ ਵਾ ਨਾਲੇ ਪੁਜਾਰੀ ਹਾਂ ਨਾ ਜੀ ਅਸੀਂ ਸਾਨੂੰ ਫਿਰ ਪੁਜਾਰੀ ਹਾਂ ਨਾ ਅਸੀਂ ਤਾਂ ਕਰਕੇ ਉਹ ਢੱਡੀਆਂ ਵਾਲਾ ਜਿਹੜਾ ਮਤਲਬ ਉਹ ਵਿਚਾਰਾ ਅਤੇ ਉਹ ਪੱਖੀ ਝੱਲਣ ਡਿਆ ਮੈਂ ਉਹਨੇ ਵੇਖਿਆ ਬੜੀ ਗਰੀਬੀ ਉੱਤੇ ਤੂੰ ਮਾਮਾ ਨਵਾਂ ਮੁੱਦਾ ਸ਼ੇਰ ਦੇ ਵਿੱਚ ਅੱਛਾ ਬੇਨਤੀ ਇਹ ਕਰ ਰਹੀ ਹਾਂ ਵੀ ਵੇਖੋ ਕਿਸ ਤਰੀਕੇ ਦੇ ਨਾਲ ਉਸ ਬੰਦੇ ਨੇ ਪ੍ਰੋਵੋਕੇਸ਼ਨ ਕੀਤੀ ਕਿਸ ਤਰੀਕੇ ਦੇ ਨਾਲ ਪੂਰੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਮਾਹੌਲ ਨੂੰ ਪਹਿਲਾਂ ਤਾਂ ਚਲੋ ਧੰਨਵਾਦ ਪ੍ਰਸ਼ਾਸਨ ਦਾ ਉੱਥੇ ਏਸ ਪੀ ਨਾਨਕ ਸਿੰਘ ਸੀ ਵੀ ਜਿਹੜੇ ਉਹਨਾਂ ਨੇ ਜਾਂ ਉਹਨਾਂ ਦੇ ਨਾਲ ਜਿਹੜੇ ਸੰਬੰਧਿਤ ਅਫਸਰ ਸੀ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਬਹੁਤ ਸੁਚੱਜੇ ਢੰਗ ਨਾਲ ਉੱਥੇ ਜਿਹੜੀ ਸਾਰੀ ਕਿਉਂਕਿ ਨਹੀਂ ਤਾਂ ਇੱਥੇ ਪਹਿਲੀ ਵਾਰ ਵੇਖਣ ਨੂੰ ਮਿਲਿਆ ਵੀ ਪੁਲਿਸ ਜਿਹੜੀ ਆ ਉਹ ਸਿੱਖਾਂ ਨੂੰ ਡਾਂਗਾਂ ਨਹੀਂ ਮਾਰ ਰਹੀ ਪੁਲਿਸ ਜਿਹੜੀ ਆ ਉਹ ਸਿੱਖਾਂ ਨੂੰ ਗੋਲੀਆਂ ਨਹੀਂ ਮਾਰ ਰਹੀ ਕਿਉਂਕਿ ਪੁਲਿਸ ਸਭ ਕੁਝ ਦੇਖ ਰਹੀ ਸੀ ਗਰਾਊਂਡ ਦੇ ਉੱਤੇ SSP ਨਾਲ ਤੁਰਿਆ ਫਿਰਦਾ ਸੀਗਾ ਉਹ ਦੇਖ ਰਿਹਾ ਸੀ ਕਿੰਨੇ ਪਹਿਲਾਂ ਪਹਿਲ ਕੀਤੀ ਆ ਕਿੰਨੇ ਰੋੜੇ ਮਾਰਨੇ ਸ਼ੁਰੂ ਕੀਤੇ ਅਤੇ ਕਿੰਨੇ ਲੰਘਦੀ ਹੋਈ ਸੰਗਤ ਨੂੰ ਜਿਹੜਾ ਉਹ ਆ ਕੇ ਹਮਲਾ ਕੀਤਾ ਈਵਨ ਗੋਲੀਆਂ ਚਲਾਈਆਂ ਨੇ ਸਿੰਘਾਂ ਦੇ ਪੱਟਾਂ ਦੇ ਵਿੱਚ ਗੋਲੀਆਂ ਮਾਰੀਆਂ ਸਾਨੂੰ ਬੀਬੇ ਬੱਚੇ ਬਿਠਾ ਕੇ ਘਰੇ ਬਿਠਾਇਆ ਸੀ ਜੀ ਬਿਲਕੁਲ ਵੇਖੋ ਅਸੀਂ ਅੰਮ੍ਰਿਤਸਰ ਸਾਹਿਬ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਇਸ ਚੀਜ਼ ਦੇ ਉੱਤੇ DCP ਪੰਡਾਲ ਸਾਹਿਬ ਜਾਂ CP ਸਾਹਿਬ ਜਿੰਨੇ ਵੀ ਸਾਡੇ ਲੋਕਲ ਅਫਸਰ ਸੀਗੇ ਉਹਨਾਂ ਨੇ ਸਾਨੂੰ ਇਹ ਵਾਅਦਾ ਕੀਤਾ ਸੀਗਾ ਵੀ ਉਹਨਾਂ ਦਾ ਇੱਕ ਬੰਦਾ ਰੋਡ ਦੇ ਉੱਤੇ ਆ ਕੇ ਨਾਰਾ ਵੀ ਬਹੁਤ ਵੱਡੀ ਗੱਲ ਹੈ ਕੋਈ ਵੀਡੀਓ ਵੀ ਨਹੀਂ ਪਾਊਗਾ ਅਤੇ ਉਹ ਪ੍ਰਸ਼ਾਸਨ ਉਸ ਗੱਲ 'ਤੇ ਅਟੱਲ ਰਿਹਾ ਅਤੇ ਜੇ ਉਹਨਾਂ ਨੇ ਸਾਨੂੰ ਮੰਨ ਲਓ ਨਜ਼ਰਬੰਦ ਕੀਤਾ ਸੀਗਾ ਅਤੇ ਅਸੀਂ ਜਿਹੜੀ ਚੀਜ਼ ਸੀ ਉਹਨੂੰ ਅਸੀਂ ਮਾਣ ਸਤਿਕਾਰ ਦਿੱਤਾ ਉਸ ਚੀਜ਼ ਨੂੰ ਅਸੀਂ ਵੀ ਬਿਲਕੁਲ ਵੀ ਰੋਡ ਦੇ ਉੱਤੇ ਨਹੀਂ ਨਿਕਲੇ ਈਵਨ ਮਾਨ ਦਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸ਼ਾਂਤਮਈ ਤਰੀਕੇ ਨਾਲ ਅਰਦਾਸ ਕੀਤੀ ਗਈ ਪਹਿਲਾਂ ਭੰਡਾਰੀ ਪੁੱਲ 'ਤੇ ਮਾਰਚ ਦੀ ਗੱਲ ਸੀ ਪਰ ਜਦੋਂ ਉਹਨਾਂ ਦੇ ਵੱਲੋਂ ਕੋਈ ਸਰਾਂ ਲੱਗਿਆ ਕਿ ਨਹੀਂ ਮਾਰਚ ਕੱਢਿਆ ਜਾ ਰਿਹਾ ਅਤੇ ਅਸੀਂ ਵੀ ਉਹ ਮਾਰਚ ਜਿਹੜਾ ਸੀ ਕੈਂਸਲ ਕਰਤਾ ਮਾਨ ਦਲ ਨੇ ਵੀ ਬਹੁਤ ਸੋਹਣਾ ਫੈਸਲਾ ਲਿਆ ਇਕੱਠੇ ਸੀ ਸਾਰੇ ਇੱਕੋ ਪਲੇਟਫਾਰਮ ਦੇ ਸੀਗੇ ਇੱਕੋ ਤਰੀਕੇ ਨਾਲ ਚੱਲ ਰਹੇ ਸੀ ਸਾਰੇ ਕੋਈ ਸਾਡਾ ਵੱਖ ਵੱਖ ਕੋਈ ਨਹੀਂ ਸੀਗਾ ਨਾ ਵੱਖ ਵੱਖ ਗਰੁੱਪ ਸੀ ਕੋਈ ਮਾਨ ਦਲ ਲੀਡ ਕਰ ਰਿਹਾ ਸੀਗਾ ਅਤੇ ਮਾਨ ਦਲ ਦੇ ਨਾਲ ਸਾਰੇ ਸੇਵਾ ਕਰ ਰਹੇ ਸੀ ਹੁਣ ਉੱਥੇ ਜਦੋਂ ਇਹਨਾਂ ਨੇ ਕੀਤਾ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਉਂ ਨਹੀਂ ਕੁਛ ਹੋ ਗਿਆ ਪ੍ਰਸ਼ਾਸਨ ਨੇ ਉਹਨਾਂ ਨੂੰ ਪਹਿਲਾਂ ਹਦਾਇਤ ਕੀਤੀ ਕਿ ਤੁਸੀਂ ਭਾਈ ਕੋਈ ਵੀ ਪਹਿਲ ਨਹੀਂ ਕਰਨੀ ਸਿੱਖ ਨਹੀਂ ਕਰਨਗੇ ਅਤੇ ਜੀ ਉਹਨਾਂ ਨੇ ਕੀਤੀ ਅਸੀਂ ਵੀ ਨਹੀਂ ਕੀਤੀ ਪ੍ਰਸ਼ਾਸਨ ਨੇ ਉਹਨਾਂ ਨੂੰ ਕਰਨ ਨਹੀਂ ਦਿੱਤੀ ਸਾਨੂੰ ਜੇ ਨਜ਼ਰਬੰਦ ਕੀਤਾ ਹੋਇਆ ਸੀਗਾ ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਸੀ ਅਤੇ ਇਹਦਾ ਸਮਝ ਵੀ ਆਉਂਦੀ ਆ ਉੱਥੇ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਜਿਹੜਾ ਸੀਗਾ ਹਦਾਇਤ ਕੀਤੀ ਹੋਈ ਸੀ ਪਰ ਉਹ ਸਿੰਗਲੇ ਨਾਂ ਦੇ ਬੰਦੇ ਨੇ ਜਾਣ ਬੁੱਝ ਕੇ ਪ੍ਰੋਵੋਕੇਸ਼ਨ ਕੀਤੀ ਆ ਪ੍ਰੋਵੋਕੇਸ਼ਨ ਕਰਕੇ ਅਤੇ ਉਹਨਾਂ ਨੇ ਬਹੁਤ ਜ਼ਿਆਦਾ ਧੱਕਾ ਜਿਹੜਾ ਉਹ ਕੀਤਾ ਨੁਕਸਾਨ ਜਿਹੜਾ ਉਹ ਸਿੰਘਾਂ ਦਾ ਕੀਤਾ ਈਵਨ ਗੋਲੀਆਂ ਤੁਸੀਂ ਜਾਣਦੇ ਹੋ ਸਿੰਘਾਂ 'ਤੇ ਚਲਾਈਆਂ ਗਈਆਂ ਨੇ ਸਿੰਘ ਦੇ ਪੱਟ 'ਚ ਗੋਲੀ ਵੱਜੀ ਆ ਜੀ ਆਪਰੇਸ਼ਨ ਹੋਣਾ ਅਤੇ
ਤੋਂ ਬਾਅਦ ਫਿਰ ਸੁਭਾਵਕ ਤੌਰ ਦੇ ਉੱਤੇ ਸਿੰਘਾਂ ਨੇ ਵੀ ਤਾਂ ਅਗਲੇ ਬੰਦੇ ਜਵਾਬ ਦੇਣਾ ਹੀ ਹੈ ਨਾ, ਪਰ ਇਹ ਬਹੁਤ ਵਧੀਆ ਚੀਜ਼ ਰਹੀ ਵੀ ਉੱਥੋਂ ਦੇ ਜਿਹੜੇ ਹਿੰਦੂ ਨੇਤਾ ਨੇ ਸ਼ਿਵ ਸੈਨਾ ਬਾਲ ਠਾਕਰੇ ਆ, ਉਹ ਤਾਂ ਸ਼ੁਰੂ ਤੋਂ ਹੀ ਵੈਸੇ ਮੈਂ ਇੱਕ ਚੀਜ਼ ਨੋਟ ਕਰਦਾ ਹੁੰਦਾ ਬਾਲ ਠਾਕਰੇ ਵਾਲਿਆਂ ਦੀ ਵੀ ਉਹ ਛੇਤੀ ਕਿਤੇ ਇੱਦਾਂ ਦੀ ਪ੍ਰੋਵੋਕੇਸ਼ਨ ਨਹੀਂ ਦਿੰਦੇ। ਹਾਂ ਉਹ ਅੱਤਵਾਦ ਦੀ ਗੱਲ ਕਰਦੇ ਨੇ ਜਾਂ ਅੱਤਵਾਦ ਦੇ ਪੁਤਲੇ ਫੂਕਣ ਦੀ, ਉਹ ਸੰਤਾਂ ਦੇ ਨਾਂ ਦੇ ਉੱਤੇ ਰੋਟੀਆਂ ਨਹੀਂ ਸੇਕਦੇ, ਉਹਨਾਂ ਨੇ ਕਦੀ ਖਾਲ ਹੁਣ ਜਿਵੇਂ ਕੱਲ੍ਹ ਗੱਗੀ ਦਾ ਵੀ ਬਿਆਨ ਵੇਖੋ ਮੈਂ ਸੁਣਿਆ, ਉਹਨੇ ਸਪਸ਼ਟ ਰੂਪ 'ਚ ਕਿਹਾ ਵੀ ਅਸੀਂ ਤਾਂ ਖਾਲਸਾ ਕਦੇ ਵੀ ਖਾਲਿਸਤਾਨ ਦਾ ਵਿਰੋਧ ਨਹੀਂ ਕਰਦੇ, ਨਾ ਅਸੀਂ ਕਰਾਂਗੇ ਖਾਲਿਸਤਾਨ ਆਕਾ ਮੰਗਣਾ ਸਿੱਖਾਂ ਦਾ, ਉਹ ਮੰਗਦੇ ਨੇ ਜਿਵੇਂ ਹਿੰਦੂ ਰਾਸ਼ਟਰ ਮੰਗ ਰਹੇ ਨੇ। ਅਤੇ ਬਾਕੀ ਇਹ ਚੀਜ਼ ਜਿਹੜੀ ਆ ਉਹ ਬੜੀ ਸਪਸ਼ਟ ਆ ਵੀ ਕਿਸ ਤਰੀਕੇ ਦੇ ਨਾਲ ਇਹੋ ਜਿਹੇ ਲੋਕ, ਜਿਵੇਂ ਹੁਣ ਕੱਲ੍ਹ ਮੈਂ ਨਿਸ਼ਾਂਤ ਸ਼ਰਮਾ ਸੁਣ ਰਿਹਾ ਸੀਗਾ, ਉਹ ਕੁੱਤੇ ਵਾਂਗੂ ਭੌਂਕ ਜਾਂਦਾ ਸੀ ਬੈਠਾ ਉਹ ਦਫ਼ਤਰ ਦੇ ਵਿੱਚ, ਜਾਂ ਇੱਥੇ ਸਾਡੇ ਸੂਰੀ ਆ ਜਾਂ ਨਵਾਂ ਇੱਕ ਚੂਚਾ ਜਿਹਾ ਉੱਠਿਆ ਕਾਕੜ। ਸੋ ਇਹ ਜਿਹੜੇ ਲੋਕ ਨੇ ਇਹਨਾਂ ਦਾ ਕੰਮ ਸਿਰਫ ਅਤੇ ਸਿਰਫ ਪ੍ਰੋਵੋਕੇਸ਼ਨ ਕਰਨਾ ਅਤੇ ਅੱਗ ਲਾਉਣਾ ਹੁੰਦੀ ਆ, ਅੱਗ ਲਾ ਕੇ ਕੁੱਤਾ ਰੂੜੀ ਦੇ ਵਾਲਾ ਹਿਸਾਬ ਇਹਨਾਂ ਦਾ ਹੁੰਦਾ। ਪ੍ਰਸ਼ਾਸਨ ਨੇ ਬੜੇ ਸੂਝ-ਬੂਝ ਦੇ ਨਾਲ ਇਹ ਸਾਰਿਆਂ ਨੂੰ ਟੈਕਲ ਕੀਤਾ ਵਾ, ਪਰ ਹੁਣ ਪੰਜਾਬ ਸਰਕਾਰ ਜਿਹੜੀ ਆ ਹੁਣ ਇੱਥੇ ਰੋਲ ਆਉਣਾ ਪੰਜਾਬ ਸਰਕਾਰ ਦਾ। ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਵੀ ਜੀ ਅਕਾਲੀ ਵੀ ਸ਼ਿਵ ਸੈਨਾ ਰਲੇ ਸੀ, ਕਾਂਗਰਸ ਵੀ ਰਲੀ ਸੀ, ਹੁਣ ਤਾਂ ਨਹੀਂ ਭਾਈ ਤੁਸੀਂ ਰਲੇ ਨਾ, ਹੁਣ ਭਗਵੰਤ ਮਾਨ ਮੁੱਖ ਮੰਤਰੀ ਆ, ਪ੍ਰਸ਼ਾਸਨ ਜਿਹੜਾ ਵਾ ਸਮੇਂ ਦੀ ਜਿਹੜੀ ਸਰਕਾਰ ਆ ਉਹ ਸਾਰਾ ਕੁਛ ਜਿਹੜਾ ਵਾ ਉਹ ਦੇਖ ਰਿਹਾ ਪ੍ਰਸ਼ਾਸਨ ਵੀ ਕੱਲ੍ਹ ਕੀ ਹੋਇਆ, ਜਿਹੜੇ ਬੰਦੇ ਨੇ ਗਲਤੀ ਕੀਤੀ ਸੀ ਉਹਦੀ ਜਥੇਬੰਦੀ ਨੇ ਉਹਨੂੰ ਬਾਹਰ ਕੱਢਤਾ। ਹਾਂ ਬਘੇਲ ਸਿੰਘ, ਮੈਨੂੰ ਲੱਗਾ ਸੀ ਪਤਾ, ਧੰਨਵਾਦ ਤੁਹਾਡਾ ਵੀਰ ਬਘੇਲ ਸਿੰਘ ਹੋਣੀ ਜਿਹੜੇ ਨੇ ਉਹ ਉਸ ਵੀਰ ਦਾ ਇਲਾਜ ਵਗੈਰਾ ਕਰਵਾ ਰਹੇ ਨੇ ਪਤਾ ਲੱਗਾ। ਈਵਨ ਐਸ ਜੀ ਪੀ ਸੀ ਦੇ ਵੱਲੋਂ ਵੀ ਉੱਥੇ ਪਹੁੰਚੇ ਸੀਗੇ ਆਪਣਾ ਮੈਂਬਰ ਸਾਹਿਬ, ਉਹਨਾਂ ਨੇ ਵੀ ਐਲਾਨ ਕੀਤਾ ਸੀ ਵੀ ਸਾਰਾ ਇਲਾਜ ਅਸੀਂ ਕਰਾਵਾਂਗੇ, ਪਰ ਫਿਰ ਵੀ ਸੰਗਤ ਦਾ ਵੀ ਜਿਹੜਾ ਫਰਜ਼ ਬਣਦਾ। ਦੂਸਰਾ ਜਿੰਨੇ ਵੀ ਕਿਸੇ ਨੇ ਮਦਦ ਕਰਨੀ ਉਹ ਸਿੰਘਾਂ ਉਹਨਾਂ ਸਿੰਘਾਂ ਨੂੰ ਸੰਪਰਕ ਕਰੇ ਜਿਹੜੇ ਫੱਟੜ ਨੇ, ਕਿਸੇ ਨੂੰ ਕੋਈ ਵਿਚੋਲਾ ਬਣਾਉਣ ਦੀ ਲੋੜ ਨਹੀਂ ਹੈਗੀ, ਵਿੱਚ ਕਿਸੇ ਨੂੰ ਵੀ ਇਹ ਕਹਿਣ ਦੀ ਲੋੜ ਨਹੀਂ ਵੀ ਤੁਹਾਡੇ ਥਰੂ ਅਸੀਂ ਸੇਵਾ ਕਰਨੀ ਹੈ, ਸਿੱਧਾ ਸਿੰਘਾਂ ਨਾਲ ਸੰਪਰਕ ਕਰਕੇ ਅਤੇ ਉਹਨਾਂ ਨੂੰ ਜਿਹੜੀ ਕਿਸੇ ਨੇ ਮਦਦ ਪਹੁੰਚਾਉਣੀ ਹੈ ਜ਼ਰੂਰ ਪਹੁੰਚਾਓ, ਚਾਹੀਦੀ ਹੈ ਮਦਦ ਪਹੁੰਚਾਉਣੀ। ਕਿਰਤੀ ਸਿੰਘ ਨੇ ਹੁਣ ਮੰਜੇ 'ਤੇ ਪੈ ਗਿਆ, ਦਿਲ ਲੱਗਣੇ ਨੂੰ ਓਪਰੇਸ਼ਨ ਹੋਣਾ, ਗੋਲੀ ਨਿਕਲਣੀ ਹਜੇ ਨਿਕਲੀ ਨਹੀਂ ਹੋਈ। ਸੋ ਰੋਹ ਵਿਚਾਰ ਇਹਦਾ ਕੋਈ ਚਲੋ ਪ੍ਰਭਾਵ ਨਹੀਂ ਹੈ, ਉੱਥੇ ਤਾਂ ਇੱਕ ਸੰਤਾਲੀਆਂ ਚੱਲਦੀਆਂ ਸੀ, ਸਿੰਘ ਭੰਗੜਾ ਪਾਉਂਦੇ ਸੀਗੇ, ਇਹ ਚੀਜ਼ਾਂ ਸਾਨੂੰ ਵਾਸਤੇ ਮੈਟਰ ਨਹੀਂ ਕਰਦੀਆਂ, ਚੜ੍ਹਦੀ ਕਲਾ ਦਾ ਪ੍ਰਤੀਕ ਆ ਪੰਥ। ਪਰ ਹੁਣ ਪੰਜਾਬ ਸਰਕਾਰ ਦਾ ਰੋਲ ਵੇਖਣ ਵਾਲਾ ਹੋਊਗਾ ਵੀ ਕੀ ਇਹਨਾਂ ਜਿਹੜੀਆਂ ਜਿੰਨੀਆਂ ਵੀ ਇਹ ਹੈਗੀਆਂ ਨੇ ਸ਼ਰਾਰਤੀ ਜਥੇਬੰਦੀਆਂ ਬਣਾਈਆਂ ਹੋਈਆਂ ਅਖੌਤੀ ਸ਼ਿਵ ਸੈਨਾ ਦੇ ਨਾਂ 'ਤੇ, ਇੱਕ ਜਿੱਥੇ ਵੇਖੋ ਇਹ ਹਿੰਦੂ ਧਰਮ ਦੇ ਜਿਹੜੇ ਦੇਵੀ ਦੇਵਤਾ ਸਾਹਿਬਾਨ ਨੇ ਸ਼ਿਵ ਭਗਵਾਨ ਨੇ ਉਹਦੀ ਵੀ ਇੱਕ ਤਰ੍ਹਾਂ ਦੇ ਇਹ ਬੇਰੁਨਤੀ ਕਰ ਰਹੇ ਨੇ, ਬਿੱਦ ਵੀ ਉਹ ਕਰ ਰਹੇ ਨੇ ਉਹਦੇ ਨਾਂ ਦੇ ਉੱਤੇ ਕਰ ਰਹੇ ਨੇ ਜੋ ਕੁਛ ਵੀ, ਬੜੀ ਗਲਤ ਚੀਜ਼ ਆ। ਸੋ ਪ੍ਰੋਵੋਕੇਸ਼ਨ ਕਰਕੇ ਅਤੇ ਬਾਅਦ ਦੇ ਵਿੱਚ ਇਹਨਾਂ ਦੇ ਲੋਕਾਂ ਵੱਲੋਂ ਜੋ ਕੀਤਾ ਜਾਂਦਾ ਬੜਾ ਮੰਦਭਾਗਾ। ਪੰਜਾਬ ਸਰਕਾਰ ਦਾ ਹੁਣ ਫਰਜ਼ ਬਣਦਾ ਵੀ ਉਹ ਆਪਣਾ ਰੋਲ ਨਿਭਾਵੇ, ਜਿਵੇਂ ਕੱਲ੍ਹ ਪ੍ਰਸ਼ਾਸਨ ਨੇ ਰੋਲ ਨਿਭਾਇਆ ਆਪਣਾ। ਮੈਂ ਵਾਰ ਵਾਰ ਇਹ ਗੱਲ ਕਹਿਣੀ ਪੈ ਰਹੀ ਕਿ ਪਹਿਲੀ ਵਾਰੀ ਅਸੀਂ ਦੇਖਿਆ ਕਿ ਸਾਡਾ ਕੋਈ ਕਲੈਸ਼ ਹੋਇਆ ਹੋਵੇ, ਕਿਸੇ ਵੱਲੋਂ ਹੀ ਪਹਿਲ ਕੀਤੀ ਗਈ ਹੋਵੇ ਅਤੇ ਅਸੀਂ ਆਪਣਾ ਬਚਾਅ ਵੀ ਕਰ ਰਹੇ ਹੋਈਏ ਅਤੇ ਸਾਨੂੰ ਡਾਂਗ ਨਾ ਫਿਰੇ, ਸਾਡੇ 'ਤੇ ਪਰਚੇ ਨਾ ਹੋਣ। ਹਜੇ ਤੱਕ ਕੱਲ੍ਹ ਦਾ ਮੈਂ ਇੱਕ ਵੀ ਅਜਿਹਾ ਕੋਈ ਸਟੇਟਮੈਂਟ ਨਹੀਂ ਦੇਖੀ ਵੀ ਜਿਹਦੇ ਵਿੱਚ ਕਿਸੇ ਵੀ ਸਿੱਖ ਨੌਜਵਾਨ ਨੂੰ ਚਪੇੜ ਤੱਕ ਵੀ ਮਾਰੀ ਗਈ ਹੋਵੇ। ਈਵਨ ਜਿਵੇਂ ਜੱਗ ਬਾਣੀ ਵਰਗੀ ਮੀਡੀਆ ਨੇ ਪੂਰੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਵੀ ਉਹ ਖਬਰਾਂ 'ਚ ਲਾਉਂਦੇ ਸੀ ਵੀ ਗੁੱਟ ਵੜਦਾ ਜੀ ਪੁਲਿਸ ਵਾਲੇ ਦਾ, ਨਹੀਂ ਉਸ ਪੁਲਿਸ ਵਾਲੇ ਵੀਰ ਦੀ ਸਟੇਟਮੈਂਟ ਮੈਂ ਮੀਡੀਆ 'ਤੇ ਸੁਣੀ ਆ, ਉਹ ਕਹਿੰਦਾ ਨਹੀਂ ਬਿਲਕੁਲ ਕਿਸੇ ਨੇ ਮੇਰੇ 'ਤੇ ਵਾਰ ਨਹੀਂ ਕੀਤਾ, ਕਿਰਪਾਨ ਉਹਦੇ ਹੱਥੋਂ ਖੁੰਹਦੇ ਸੀ ਵੀ ਕਿਤੇ ਨੁਕਸਾਨ ਨਾ ਹੋ ਜਾਵੇ, ਖੁੰਹਦੇ ਆਇਆ ਕਿਰਪਾਨ ਹੱਥ 'ਚ ਫਿਰ ਗਈ ਅਤੇ ਉਹ ਬੰਦੇ ਨੇ ਆਪਣੇ 'ਤੇ ਪੱਟੀ ਬੰਨ੍ਹੀ ਹੋਈ ਸੀ, ਉਹਨੇ ਨਹੀਂ ਇੱਕ ਵਾਰੀ ਵੀ ਕਿਹਾ ਕਿ ਮੈਨੂੰ ਕਿਸੇ ਨੇ ਮਾਰੀ ਆ। ਪਰ ਉੱਥੇ ਕੁਝ ਲੋਕਾਂ ਨੇ ਇੱਦਾਂ ਦਾ ਜਿਹੜਾ ਵਾ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਮੀਡੀਆ ਗੰਦਾ ਆ ਜਿਹੜਾ ਲਾਲੇ ਵਾਲਾ ਲਾਲਾ ਪਹਿਲਾਂ ਇਸੇ ਕਰਕੇ ਹੀ ਸਿੰਘਾਂ ਨੇ ਸੋਧਿਆ ਸੀਗਾ ਵੀ ਇੱਦਾਂ ਦੀਆਂ ਕਰਤੂਤਾਂ ਕਰਦਾ ਸੀ, ਹੁਣ ਇਹਦੇ ਜਿਹੜੇ ਚੇਲੇ ਵਾਲ ਕੇ ਨੇ ਉਹ ਕਰ ਰਹੇ ਨੇ। ਸੋ ਰੋਹ ਵਿਚਾਰ ਵਿਸ਼ਾ ਇਹ ਆ ਵੀ ਸਰਕਾਰ ਜਿਹੜੀ ਆ ਉਹ ਹੁਣ ਇਹਦੇ 'ਤੇ ਆਪਣਾ ਠੋਸ ਕਾਰਵਾਈ ਕਰੇ। ਜੇ ਸਾਡੇ ਵੱਲੋਂ ਕਿਸੇ ਧਰਮ ਦੇ ਖਿਲਾਫ਼ ਨਹੀਂ ਬੋਲਿਆ ਜਾਂਦਾ, ਅਸੀਂ ਨਹੀਂ ਕੋਈ ਹੁਣ ਕੋਈ ਹਿੰਦੂ ਰਾਸ਼ਟਰ ਦੀ ਮੰਗ ਕਰਦਾ, ਅਸੀਂ ਕਦੋਂ ਕਹਿੰਦੇ ਨਾ ਕਰੋ ਭਾਈ ਜੰਮ ਜੰਮ ਕਰੋ, ਜੇ ਤੁਸੀਂ ਕਦੀ ਰਾਜ ਕੀਤਾ ਸੀ ਤਾਂ ਫਿਰ ਰਾਜ ਕਰ ਲਓ, ਅਸੀਂ ਤਾਂ ਰਾਜ ਕੀਤਾ, ਸਾਡਾ ਤਾਂ ਹੁਣ ਵੀ ਰਾਜ ਆ, ਸਾਡੇ ਨਿਸ਼ਾਨ ਝੂਲਦੇ ਨਿਸ਼ਾਦਾਂ ਦੇ ਉੱਤੇ ਹੈ ਨਾ, ਅਤੇ ਸਾਨੂੰ ਤਾਂ ਭਾਈ ਇਹ ਗੱਲ ਜਿਹੜੀ ਆ ਉਹ ਕਹਿਣ ਦੀ ਲੋੜ ਹੀ ਨਹੀਂ, ਸਾਡਾ ਤਾਂ ਰਾਜ ਹੈ, ਰਾਜ ਹੋਊਗਾ ਅਤੇ ਅੱਗੇ ਭਵਿੱਖ 'ਚ ਹੀ ਹੋਣਾ ਹੀ ਆ, ਇਹ 'ਚ ਕੋਈ ਦੋ ਰਾਵਾਂ ਨਹੀਂ, ਨਿਸ਼ਾਨ ਝੂਲਦੇ ਸੀ ਝੂਲਦੇ ਰਹਿਣੇ ਆ। ਜੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ ਤਾਂ ਤੁਸੀਂ ਦੱਸੋ ਵੀ ਕਿੱਥੇ ਤੁਸੀਂ ਰਾਜ ਕੀਤਾ ਸੀ, ਕਿੰਨੇ 100 ਸਾਲ ਰਾਜ ਕੀਤਾ, ਕਿੰਨੇ ਸਾਲ ਕਿੰਨੇ ਮਹੀਨੇ ਰਾਜ ਕੀਤਾ ਸੀ, ਅਤੇ ਇਸ ਕਰਕੇ ਹੁਣ ਤੁਸੀਂ ਰਾਜ ਦੀਆਂ ਗੱਲਾਂ ਕਰਦੇ ਹੋ। ਪਰ ਅਸੀਂ ਫਿਰ ਵੀ ਤੁਹਾਨੂੰ ਨਹੀਂ ਕਹਿੰਦੇ ਵੀ ਤੁਸੀਂ ਰਾਜ ਦੀ ਗੱਲ ਨਾ ਕਰੋ, ਹਰ ਇੱਕ ਨੂੰ ਹੱਕ ਰਾਜ ਦੀ ਗੱਲ ਕਰਨ ਦਾ, ਅਸੀਂ ਵੀ ਆਪਣੇ ਰਾਜ ਦੀ ਗੱਲ ਕਰਦੇ ਹਾਂ।
ਤੇ ਅਸੀਂ ਹਮੇਸ਼ਾ ਹੀ ਕਰਦੇ ਹਾਂ, ਅਸੀਂ ਰੋਜ਼ ਦੌਰਾ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰਾਂ ਦੇਖਣ। ਬਾਕੀ ਇੱਕ ਚੀਜ਼ ਮੈਂ ਹੋਰ ਕਲੀਅਰ ਕਰਨੀ ਚਾਹੁੰਦਾ ਵੀ ਉੱਥੇ ਕੱਲ੍ਹ ਜਿਹੜਾ ਸੀਗਾ ਬਹੁਤ ਚੀਜ਼ਾਂ ਦੇਖਣ ਦੇ ਸਾਹਮਣੇ ਆ ਰਹੀਆਂ ਨੇ ਵੀ ਜਿਵੇਂ ਆਪਾਂ ਆਪਸ ਦੇ ਵਿੱਚ ਸਾਡੇ ਭਰਾ ਜਿਹੜੇ ਡਾਊਨ ਕਰਕੇ ਆਪਣੇ ਭਰਾ ਥੋੜ੍ਹਾ ਆਪਸ ਦੇ ਵਿੱਚ ਉਲਝ ਰਹੇ ਨੇ, ਕਿਸੇ ਤਰ੍ਹਾਂ ਦਾ ਕੋਈ ਆਪਸ 'ਚ ਵਾਦ ਵਿਵਾਦ ਜਿਹੜਾ ਵਾ ਉਹ ਹੋ ਰਿਹਾ ਉਹਨਾਂ ਦਾ। ਮੇਰੀ ਬੇਨਤੀ ਆ ਵੀ ਹਰ ਇੱਕ ਦਾ ਆਪੋ ਆਪਣਾ ਰੋਲ ਹੁੰਦਾ, ਸੇਵਾ ਦਾ ਤਰੀਕਾ ਹੁੰਦਾ, ਜੋ ਕਿਸ ਤਰ੍ਹਾਂ ਕਰਦਾ। ਹੁਣ ਕੱਲ੍ਹ ਉੱਥੇ ਆਪਣੇ ਤਿੰਨ ਗਰੁੱਪ ਸੀਗੇ, ਇੱਕ ਮਾਨਦਾਲ ਦਾ ਗਰੁੱਪ ਸੀਗਾ, ਮਾਨਦਾਲ ਨੇ ਇੱਕ ਜਗ੍ਹਾ 'ਤੇ ਇਕੱਠ ਕੀਤਾ ਹੋਇਆ ਸੀਗਾ, ਇੱਕ ਜਗ੍ਹਾ 'ਤੇ ਪ੍ਰਵਾਨਾ ਬਰਿੰਦਰ ਸਿੰਘ ਪ੍ਰਵਾਨੇ ਦਾ ਇਕੱਠ ਸੀਗਾ, ਇੱਕ ਜਗ੍ਹਾ 'ਤੇ ਰਾਜਪੁਰਾ ਬਰਿੰਦਰ ਰਾਜਪੁਰਾ ਮੁੰਡਾ ਵਾ ਬਲਜਿੰਦਰ ਰਾਜਪੁਰਾ ਭਾਣੇ ਹੋਣੀ ਜਾਂ ਆਪਣੇ ਜਿਹੜੇ ਬਾਬਾ ਬਖਸ਼ੀਸ਼ ਸਿੰਘ ਹੋਣੀ ਸੀਗੇ, ਇਹਨਾਂ ਸਾਰਿਆਂ ਦਾ ਸੀਗਾ। ਸੋ ਇਹ ਚੀਜ਼ ਮੈਂ ਬੜੀ ਸਪੈਸ਼ਲ ਕਹਿਣਾ ਚਾਹੁੰਦਾ ਆਪਣੇ ਭਰਾਵਾਂ ਨੂੰ ਅਤੇ ਸਿੱਧੀ ਖੁੱਲ੍ਹ ਕੇ ਕਹਿਣਾ ਚਾਹੁੰਦਾ ਵੀ ਜਦੋਂ ਵੀ ਇੱਦਾਂ ਦਾ ਮਸਲਾ ਹੁੰਦਾ ਇਕੱਠੇ ਹੋਇਆ ਕਰੀਏ, ਇੱਕ ਗਰੁੱਪ ਬਣਾਇਆ ਕਰੋ, ਇੱਕੋ ਜਗ੍ਹਾ 'ਤੇ ਖੜਿਆ ਕਰੋ, ਇੱਕੋ ਜਗ੍ਹਾ ਇਕੱਠੇ ਹੋਇਆ ਕਰੋ। ਜੇ ਤੁਸੀਂ ਵੱਖਰੇ ਵੱਖਰੇ ਖੜ੍ਹ ਜਾਂਦੇ ਹੋ ਤੁਹਾਡੀ ਵੇਖੋ ਇੱਕ ਤਾਂ ਤਾਕਤ ਘੱਟਦੀ ਆ, ਇੱਕ ਮੈਸੇਜ ਗਲਤ ਜਾਂਦਾ। ਹੁਣ ਲੋਕਾਂ 'ਚ ਕੱਲ੍ਹ ਮੈਂ ਦੇਖ ਰਿਹਾ ਸੀਗਾ ਬਹੁਤ ਸੰਗਤ ਦੇ ਵਿੱਚ ਨੌਜਵਾਨੀ ਆਪ ਮੁਹਾਰੇ ਉੱਥੇ ਆਈ ਸੀ, ਆਪ ਮੁਹਾਰੇ ਹੋਇਆ ਉੱਥੇ ਇਕੱਠ ਸੀਗਾ। ਚਲੋ ਸਾਡੀ ਬਦਕਿਸਮਤੀ ਲਾ ਲਓ ਵੀ ਅਸੀਂ ਉੱਥੇ ਪਹੁੰਚ ਨਹੀਂ ਸਕੇ ਵੀ ਇੱਦਾਂ ਦੇ ਹਾਲਾਤ ਇੱਥੇ ਬਣ ਗਏ ਸੀਗੇ ਵੀ ਸਾਡੇ ਕੋਲੋਂ ਉਹ ਉੱਥੇ ਪਹੁੰਚ ਨਹੀਂ ਹੋਇਆ, ਕਿਉਂਕਿ ਅੰਮ੍ਰਿਤਸਰ ਦੇ ਵੀ ਹਾਲਾਤ ਬਹੁਤ ਜ਼ਰੂਰੀ ਸੀ ਦੇਖਣੇ। ਪਰ ਸਾਨੂੰ ਉਹ ਨਜ਼ਰ ਬੰਨ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਸੀਗੀ ਵੀ ਜੇ ਜਾਣਾ ਚਾਹੁੰਦੇ ਤਾਂ ਸਾਨੂੰ ਕਿਹੜੇ ਰੋਕ ਲੈਣਾ ਸੀ, ਪਰ ਬੇਸ਼ੱਕ ਪ੍ਰਸ਼ਾਸਨ ਦਾ ਅਸੀਂ ਸਤਿਕਾਰ ਕਰਦੇ ਹਾਂ ਉਸ ਚੀਜ਼ ਦਾ ਵੀ ਉਹਨਾਂ ਨੇ ਇਸ ਚੀਜ਼ ਨੂੰ ਟੈਕਲ ਕਰਕੇ ਰੱਖਿਆ। ਅਗਲੀ ਜਿਹੜੀ ਗੱਲ ਸੀਗੀ ਵੀ ਜਿਹੜੇ ਸਾਡੇ ਆਪਸ ਦੇ ਵਿੱਚ ਕਲੈਸ਼ ਹੋਣ ਦੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਮੇਰੀ ਬੇਨਤੀ ਆ ਵੇਖੋ ਜੇ ਕੋਈ ਪੰਥ ਨਾਲ ਕੋਈ ਪਿੱਠ ਦਿਖਾਊਗਾ ਪੰਥ ਨੂੰ, ਜੇ ਕੋਈ ਗਦਾਰੀ ਕਰੂਗਾ ਤਾਂ ਗੁਰੂ ਸਾਹਿਬ ਬੜੇ ਸਮਰੱਥ ਨੇ, ਉਹ ਆਪਣੇ ਆਪ ਨੂੰ ਤਾਰਾ ਕਰ ਦੇਣਗੇ। ਪਰ ਇਸ ਤਰ੍ਹਾਂ ਆਪਾਂ ਸੋਸ਼ਲ ਮੀਡੀਆ ਦੇ ਵਿੱਚ ਆਪਣਾ ਜਲੂਸ ਨਾ ਕੱਢੀਏ, ਇਹ ਮੇਰੀ ਬੇਨਤੀ ਆ। ਜਿਹੜਾ ਜਿਸ ਤਰ੍ਹਾਂ ਦੀ ਜਿੰਨੀ ਸੇਵਾ ਕਰਦਾ ਸੰਗਤ ਨੂੰ ਸਭ ਦਿਖਦਾ, ਸੰਗਤ ਫੈਸਲਾ ਕਰਨ ਦੇ ਯੋਗ ਆ, ਸੰਗਤ ਨੂੰ ਸਾਰਾ ਕੁਝ ਹੀ ਪਤਾ। ਇੱਥੇ ਕੋਈ ਇਹ ਨਾ ਸੋਚੇ ਵੀ ਅੱਜ ਕੋਈ ਆਖੇ ਮੈਂ ਅਖਬਾਰਾਂ 'ਚ ਵੱਡੇ ਵੱਡੇ ਬਿਆਨ ਲਾ ਕੇ ਅਤੇ ਇਹ ਕਹਿੰਦਾ ਕਿ ਜੀ ਮੈਂ ਸਭ ਕੁਝ ਕੀਤਾ ਤਾਂ ਲੋਕਾਂ ਨੂੰ ਪਤਾ ਲੱਗੂਗਾ, ਲੋਕਾਂ ਨੂੰ ਸਭ ਪਤਾ ਕੌਣ ਕਿੱਥੇ ਕਿੰਨਾ ਰੋਲ ਨਿਭਾ ਰਿਹਾ ਸੀ ਕੱਲ੍ਹ। ਜੇ ਅਸੀਂ ਆਪਣੇ ਅਸੀਂ ਤਾਂ ਘਰੇ ਬੈਠੇ ਸੀ, ਅਸੀਂ ਤਾਂ ਸਾਨੂੰ ਤਾਂ ਘਰੇ ਬਿਠਾਇਆ ਹੋਇਆ ਸੀ, ਪੁਲਿਸ ਨੇ ਸਾਡੇ 'ਤੇ ਨਿਗਰਾਨੀ ਰੱਖੀ ਜਾ ਰਹੀ ਸੀਗੀ, ਹੈ ਨਾ। ਹੋਰ ਵੀ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਜਿਹੜੇ ਸੀਗੇ ਉਹਨਾਂ ਨੇ ਵੀ ਕੀਤਾ ਅਤੇ ਉਸ ਤਰ੍ਹਾਂ ਹੀ ਹੋਇਆ ਸਾਰਾ ਪਹਿਰਾ। ਅਤੇ ਬਾਕੀ ਬਰਿੰਦਰ ਸਿੰਘ ਪ੍ਰਵਾਨਾ ਦੇ ਬਾਰੇ ਵਾਰ ਵਾਰ ਜਿਹੜੀ ਆ ਉਹ ਕੁਲਦੀਪ ਸਿੰਘ ਭਲੂਰੀਆ, ਹਾਂ ਹੁਣ ਵੇਖੋ ਵੀਰ ਜੀ ਜਿਹੜੀ ਗੱਲ ਤੁਸੀਂ ਇਹ ਕਰ ਰਹੇ ਹੋ ਮੇਰਾ ਵਿਸ਼ਾ ਨਹੀਂ ਹੈਗਾ, ਪਰ ਇਹ ਹੁਣ ਉੱਥੇ ਗਰਾਊਂਡ ਦੇ ਉੱਤੇ ਜਿਹੜੇ ਲੋਕ ਨੇ ਉਹ ਜ਼ਿਆਦਾ ਦੱਸ ਸਕਦੇ ਨੇ ਵੀ ਉੱਥੇ ਪ੍ਰਵਾਨਾ ਜੀ ਦਾ ਜਿਹੜਾ ਸੀਗਾ ਉਹ ਰੋਲ ਕੀ ਸੀ, ਜਾਂ ਪ੍ਰਵਾਨਾ ਜੀ ਲੇਟ ਆਏ ਨੇ ਕਿਉਂ ਆਏ ਨੇ, ਜਾਂ ਬਾਬਾ ਬਖਸ਼ੀਰ ਸਿੰਘ ਕਿੱਥੇ ਸੀਗੇ, ਇਹ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਪਰ ਜਿੰਨਾ ਕੁ ਮੈਂ ਮੀਡੀਆ ਦੇ ਵਿੱਚ ਵਾਚਿਆ, ਹਾਂ ਬਿਲਕੁਲ ਬ੍ਰਿਜਿੰਦਰ ਸਿੰਘ ਪ੍ਰਵਾਨਾ ਜਿਹੜੇ ਉਹ ਸ਼ਾਮ ਨੂੰ ਤਕਰੀਬਨ 4 ਵਜੇ ਹੈ ਨਾ ਮੇਰੇ ਸਾਹਮਣੇ ਉੱਥੇ ਪਹੁੰਚਦੇ ਆ ਚੌਂਕ ਦੇ ਵਿੱਚ, 4 ਵਜੇ ਦੇ ਕਰੀਬ ਉੱਥੇ ਅਸੀਂ 4:30 ਦੇ ਕਰੀਬ ਚੌਂਕ 'ਚ ਦੇਖਦੇ ਹਾਂ, ਉਸ ਤੋਂ ਪਹਿਲਾਂ ਨਹੀਂ ਦੇਖਿਆ, ਇਹ ਸੱਚ ਆ। ਬਾਬਾ ਬਖਸ਼ੀਸ਼ ਸਿੰਘ ਨੂੰ ਅਸੀਂ ਦੇਖ ਰਹੇ ਹਾਂ ਜਦੋਂ ਮੰਦਿਰ ਦੇ ਉੱਤੇ ਲਾਗੋ ਲੰਘਦੇ ਆ, ਮੰਦਿਰ ਵਾਲੇ ਇਹਨਾਂ 'ਤੇ ਹਮਲਾ ਕਰਦੇ ਆ ਅਤੇ ਮੰਦਿਰ ਦੇ ਵਿੱਚ ਉਹ ਵੜ ਕੇ ਅਤੇ ਉਹ ਸਾਰਾ ਕੁਛ ਪਲੈਨ ਕਰਦੇ ਨੇ। ਪਰ ਉੱਥੇ ਮੈਂ ਸਿੱਖਾਂ ਦੀ ਇੱਕ ਚੀਜ਼ ਬਹੁਤ ਵਧੀਆ ਦੇਖੀ, ਸਾਡੇ ਸਿੱਖ ਨੌਜਵਾਨ ਬਹੁਤ ਸੋਹਣੀ ਗੱਲ ਕਰ ਰਹੇ ਸੀ ਵੀ ਅਸੀਂ ਬਿਲਕੁਲ ਵੀ ਸਾਡਾ ਮਰਿਆਦਾ ਭੰਗ ਨਹੀਂ ਕਰਾਂਗੇ ਮੰਦਿਰ ਦੀ, ਇਹਨਾਂ ਲੋਕਾਂ ਦੇ ਵੱਲੋਂ ਜੇ ਮੰਦਿਰ ਦੀ ਆੜ ਲਈ ਜਾ ਰਹੀ ਆ ਅਤੇ ਜੇ ਯੋਧੇ ਦੇ ਬਾਹਰ ਆ ਕੇ ਸਾਡੇ ਨਾਲ ਲੜਨ, ਜਿਹੜੇ ਉਹ ਰੋੜੇ ਵੀ ਚਲਾ ਰਹੇ ਸੀਗੇ ਜਾਂ ਜਵਾਬੀ ਆਪਣੇ ਨੌਜਵਾਨ ਚਲਾ ਰਹੇ ਸੀਗੇ ਬਾਅਦ ਦੇ ਵਿੱਚ, ਉਹ ਪ੍ਰੈਸ਼ਰ ਵੱਖਰਾ ਵਾ, ਮੰਦਿਰ ਦਾ ਪ੍ਰੈਸ਼ਰ ਵੱਖਰਾ ਵਾ, ਮੰਦਿਰ ਵੱਖਰਾ। ਜਿਵੇਂ ਰਹਿਸ਼ ਹੁੰਦੀ ਆ ਵੀ ਮੇਰਾ ਆਪਾਂ ਇੱਕ ਗੁਰੂ ਘਰ ਬਣਿਆ ਤਾਂ ਇੱਕ ਸਰਾਂ ਬਣੀ ਹੁੰਦੀ ਆ, ਉਹ ਸਰਾਂ ਬਣੀ ਵੱਖਰੀ ਬਣੀ ਹੋਈ ਆ, ਪ੍ਰੈਸ਼ਰ ਵੱਖਰਾ ਬਹਿਣ ਦਾ ਰਹਿਣ ਦਾ। ਉੱਥੋਂ ਜਿਹੜੇ ਰੋੜੇ ਚੱਲੇ ਸੀ ਉੱਥੇ ਵਾਪਸ ਜ਼ਰੂਰ ਰੋੜੇ ਚੱਲੇ ਨੇ, ਅਸੀਂ ਵੀ ਮੁੱਕਰ ਦੇ ਵੀਡੀਓ ਬਣੀਆਂ ਹੋਈਆਂ ਨੇ। ਪਰ ਇਹ ਚੀਜ਼ ਇਹ ਬੜੀ ਸਪਸ਼ਟ ਆ ਵੀ ਪਹਿਲ ਕੀਤੀ ਗਈ ਉਹਨਾਂ ਦੇ ਵੱਲੋਂ, ਪੰਜਾਬ ਸਰਕਾਰ ਜਿਹੜੀ ਆ ਬਿਨਾਂ ਦੇਰੀ ਕੀਤੇ ਆ ਪੰਜਾਬ ਸਰਕਾਰ, ਹੁਣ ਉਹਨਾਂ ਲੋਕਾਂ ਦੀ ਨਿਸ਼ਾਨਦੇਹੀ ਕਰੇ, ਇਹਨਾਂ ਦੀਆਂ ਸਿਕਿਉਰਟੀਆਂ ਵਾਪਸ ਲਵੇ, ਚੱਕ ਕੇ ਇਹਨਾਂ ਨੂੰ ਸੁੱਟੇ ਜੇਲ੍ਹਾਂ ਦੇ ਵਿੱਚ, ਜੇ ਸੱਚਮੁੱਚ ਪੰਜਾਬ ਸਰਕਾਰ ਜਿਹੜੀ ਹੁਣ ਆ ਬਦਲਾਵ ਦੀ ਗੱਲ ਕਰਦੀ ਆ, ਜੇ ਸੱਚਮੁੱਚ ਪੰਜਾਬ ਸਰਕਾਰ ਸੁਹਿਰਦ ਆ ਪੰਜਾਬ ਦੀ ਤਰੱਕੀ ਦੇ ਵਾਸਤੇ, ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਰੱਖਣ ਦਾ, ਕੇਜਰੀਵਾਲ ਸ਼ਾਂਤੀ ਮਾਰਚ ਕੱਢਦਾ ਹੁੰਦਾ ਆ ਕੇ ਸਾਡੇ ਇੱਥੇ ਪੰਜਾਬ ਦੇ ਵਿੱਚ, ਹੁਣ ਤਾਂ ਤੇਰੀ ਸਰਕਾਰ ਆ, ਹੁਣ ਸ਼ਾਂਤੀ ਬਹਾਲ ਕਰ, ਹੁਣ ਚੱਕ ਕੇ ਅਤੇ ਇਹਨਾਂ ਲੋਕਾਂ ਨੂੰ ਜੇਲ੍ਹ ਸੁੱਟ। ਜੇ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਹੁੰਦੀ ਆ, ਸਾਡੇ ਵੱਲੋਂ ਕੋਈ ਪਹਿਲ ਹੁੰਦੀ ਆ, ਚਲੀਏ ਸਾਡੇ ਵੱਲੋਂ ਜੇ ਕੋਈ ਪਹਿਲ ਹੁੰਦੀ ਆ ਤਾਂ ਫਿਰ ਗੱਲ ਕਰੋ, ਅਸੀਂ ਤਾਂ ਕਦੀ ਵੀ ਨਹੀਂ ਕਰਦੇ। ਸਾਡੇ ਨੌਜਵਾਨ ਆ ਸਾਰੇ ਹੀ ਜਿੰਨੇ ਵੀ ਆ, ਕੱਲ੍ਹ ਕਿਸੇ ਨੇ ਈਵਨ ਪੋਸਟ ਤੱਕ ਨਹੀਂ ਪਾਈ ਕੋਈ ਇੱਦਾਂ ਦੀ ਐਂਟੀ ਜਿਹਦੇ ਨਾਲ ਕੋਈ ਮਾਹੌਲ ਨੂੰ ਅੱਗ ਲੱਗਦੀ ਹੋਵੇ, ਈਵਨ ਸੱਚਾਈ ਉਹ ਸਾਹਮਣੇ ਰੱਖੀ ਆ ਸਾਰੀ ਸਾਰਾ ਦਿਨ, ਕਿਸੇ ਨੇ ਇੱਦਾਂ ਦੀ ਕੋਈ ਪੋਸਟ ਪਾ ਕੇ ਮਾਹੌਲ ਖਰਾਬ ਕਰਨ ਦੀ। ਹੁਣ ਸਾਡੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੰਨ ਲਓ ਚਿੜੀ ਨਹੀਂ ਚੁੰਕੀ ਅਤੇ ਅਸੀਂ ਕਿੱਦਾਂ ਕਹਿ ਦਈਏ ਵੀ ਨਹੀਂ ਜੀ ਇੱਥੇ ਤਾਂ ਐਂ ਹੋ ਗਿਆ ਜੀ, ਐਂ ਨਹੀਂ ਹੋਇਆ, ਬਿਲਕੁਲ ਨਹੀਂ ਹੋਇਆ, ਬੜੀ ਮਹਾਰਾਜ ਦੀ ਕਿਰਪਾ ਦੇ ਨਾਲ ਸਭ ਕੁਝ ਸਹੀ ਹੋਇਆ।
ਇੰਦਰ ਮੁਹਾਲੀ ਕਹਿੰਦੇ ਕਿ ਪ੍ਰਵਾਨਾ ਜੀ ਆਪਣੀ ਜਗ੍ਹਾ ਸਹੀ ਸੀਗੇ, ਬਾਕੀ ਫੋਨ ਦੱਸ ਦੇਵਾਂਗਾ ਮੈਂ। ਉਹ ਵੀ ਸਾਨੂੰ ਵੇਖੋ ਨਾ, ਅਸੀਂ ਉੱਥੇ ਹੈ ਹੀ ਨਹੀਂ ਸੀਗੇ ਹੈ ਨਾ ਗਰਾਊਂਡ ਦੇ ਉੱਤੇ। ਅਤੇ ਬਾਬਾ ਜੀ 3 ਵਾਰ ਹੋਏ ਤੁਸੀਂ ਕਾਰਵਾਈ ਕਰਨ ਵਾਲੀ ਸੇਵਾ ਹੁੰਦੀ, ਤੁਹਾਡੇ ਘਰਾਂ ਵਿੱਚ ਪੁਲਿਸ ਕਿਉਂ ਲੱਗ ਜਾਂਦੀ? ਸਾਨੂੰ ਦੋ ਕਿ ਅੱਗ ਵਾਰ ਪਿਛਾਦਰਾ ਕਮਰੇ ਵਿੱਚ ਵੜ ਜਾਂਦੇ ਆ, ਤੁਹਾਨੂੰ ਪਤਾ ਹੀ ਸੀਗਾ ਅਸੀਂ ਜਾਣਾ। ਨਹੀਂ ਪਰਵਿੰਦਰ ਸਿੰਘ ਜੀ, ਅਸੀਂ ਨਹੀਂ ਸੀ ਜਾਣਾ ਪਟਿਆਲੇ ਵੀਰ ਜੀ, ਮੈਂ ਬੜੀ ਗੱਲ ਕਲੀਅਰ ਕਰਾਂ, ਅਸੀਂ ਪਟਿਆਲੇ ਨਹੀਂ ਸੀ ਜਾਣਾ, ਅਸੀਂ ਅੰਮ੍ਰਿਤਸਰ ਸਾਹਿਬ ਹੀ ਰਹਿਣਾ ਸੀਗਾ। ਅਸੀਂ ਇੱਕ ਵਾਰ ਵੀ ਪੋਸਟ ਨਹੀਂ ਪਾਈ, ਕਿਤੇ ਵੀ ਐਲਾਨ ਨਹੀਂ ਕੀਤਾ ਕਿ ਅਸੀਂ ਪਟਿਆਲੇ ਜਾਣਾ ਸੀਗਾ, ਕਿਉਂਕਿ ਪਟਿਆਲੇ ਤਾਂ ਨਹੀਂ ਸੀ ਜਾਣਾ ਵੀ ਇੱਥੇ ਵੀ ਇਹਨਾਂ ਨੇ ਐਲਾਨ ਕੀਤਾ ਸੀਗਾ ਵੀ ਇਹ ਸੰਤਾਂ ਦੇ ਪੁਤਲੇ ਫੂਕਣਗੇ, ਇੱਥੇ ਵੀ ਇਹਨਾਂ ਨੇ ਐਲਾਨ ਕੀਤਾ ਸੀ ਅਸੀਂ ਮਾਰਚ ਕੱਢਾਂਗੇ, ਅਤੇ ਜੇ ਅਸੀਂ ਸਾਰੇ ਉੱਧਰ ਨੂੰ ਹੋ ਜਾਂਦੇ ਇੱਥੇ ਮਾਰਚ ਕੱਢ ਦਿੰਦੇ ਤਾਂ ਬੜੀ ਮਾੜੀ ਗੱਲ ਸੀ। ਸੋ ਫਿਰ ਤੁਸੀਂ ਕਹਿਣਾ ਸੀ ਲਓ ਜੀ ਤੁਸੀਂ ਅੰਮ੍ਰਿਤਸਰੋਂ ਆ ਗਏ। ਸੋ ਇਹ ਬੇਨਤੀ ਨਾ ਕਰਿਆ ਕਰੋ ਇਹ ਗੱਲਾਂ, ਸਾਨੂੰ ਪਤਾ ਸੀ ਕੀ ਕਰਨਾ ਯਾਰ, ਸਾਨੂੰ ਪਤਾ ਸੀ ਕਿੱਥੇ ਰੋਲ ਨਿਭਾਉਣਾ। ਜੇ ਅਸੀਂ ਸਾਰੇ ਪਟਿਆਲੇ ਚਲ ਜਾਂਦੇ ਕੱਲ੍ਹ, ਉਹ ਇੱਥੇ ਮਾਰਚ ਕੱਢ ਦਿੰਦੇ, ਫਿਰ ਅੰਮ੍ਰਿਤਸਰ ਵਾਲੇ ਮਰੇ ਸੀ, ਅੰਮ੍ਰਿਤਸਰ ਵਾਲੇ ਮਾਰਚ ਕਢਾ ਤਾ, ਦੂਜੇ ਵੱਲੇ ਹੋ ਜਾਣਾ, ਦਾਤੀ ਦੇ ਦੰਦੇ ਕਹਿੰਦਾ ਦੋਵੇਂ ਪਾਸੇ ਹੁੰਦੇ ਨੇ। ਸੋ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਤੁਸੀਂ ਮੇਰੇ ਭਰਾ ਹੋ, ਤੁਹਾਡਾ ਗੁੱਸਾ ਕੋਈ ਨਹੀਂ, ਪਰ ਤੁਹਾਨੂੰ ਜਵਾਬ ਤਾਂ ਦੇ ਲਈ ਤੁਸੀਂ ਕਮੈਂਟ ਕੀਤਾ, ਤੁਹਾਨੂੰ ਦੱਸਣਾ ਜ਼ਰੂਰੀ ਆ ਵੀ ਬੇਸ਼ੱਕ ਸਾਡੇ ਘਰਾਂ 'ਚ ਪੁਲਿਸ ਲੱਗੀ ਸੀ, ਪਰ ਜੇ ਉਹ ਮਾਰਚ ਕੱਢਦੇ ਐਡੀ ਕੋਈ ਗੱਲ ਨਹੀਂ ਸੀ ਵੀ ਮੇਰੇ ਘਰ ਪੁਲਿਸ ਲੱਗੀ ਸੀ ਅਤੇ ਬਾਕੀ ਸਿੰਘ ਸਾਡੇ ਸੁੱਤੇ ਸੀ। ਸਾਡੇ ਸਿੰਘ ਕੱਲ੍ਹ ਪੂਰੇ ਤਿਆਰ ਬਰ ਤਿਆਰ ਸੀ, ਪੂਰੀ ਤਿਆਰੀ ਸੀਗੇ, ਤਿਆਰ ਬੈਠੇ ਸੀ ਸ਼ਸਤਰਾਂ ਬਸਤਰਾਂ ਦੇ ਨਾਲ। ਸਾਡੇ ਹੁਣ ਵੀ ਸ਼ਸਤਰ ਤੁਹਾਨੂੰ ਦਿਖਾ ਦਿੰਦੇ ਹਾਂ ਅੱਖੋਂ ਦੇ ਵੀਡੀਓ ਬਣਾ ਕੇ ਵੀ ਕਿਵੇਂ ਗੱਡੀਆਂ 'ਚ ਪਏ ਹੋਏ ਨੇ। ਅਸੀਂ ਤਿਆਰੀ ਸਾਡੀ ਪੂਰੀ ਵੀ ਜਿੱਦਾਂ ਜਦੋਂ ਵੀ ਸਾਨੂੰ ਪਤਾ ਲੱਗਾ ਇੱਕ ਵੀ ਬਾਂਦਰ ਬਾਹਰ ਨਿਕਲਿਆ, ਸਾਡੇ ਬੰਦਿਆਂ ਨੇ ਉਸੇ ਵੇਲੇ ਜਾ ਕੇ ਕਾਰਜ ਕਰਨਾ ਸੀਗਾ, ਰੋਕਣਾ ਸੀ ਉਹਨਾਂ ਨੂੰ। ਮੈਨੂੰ ਮੰਨ ਲਓ ਅਰੈਸਟ ਕਰ ਲੈਂਦੇ, ਬਾਕੀਆਂ ਨੂੰ ਅਰੈਸਟ ਕਰਕੇ ਥਾਣੇ ਪਾ ਲੈਂਦੇ ਅਤੇ ਕੁਛ ਨਹੀਂ ਸੀ ਹੋਣਾ, ਬਾਕੀ ਬੜੇ ਇੱਥੇ ਬੈਠੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ। ਇਕੱਲਾ ਅਕਾਲੀ ਮੋਢੇ 'ਤੇ ਝੁੱਕੀ ਫਿਰਦਾ ਪੰਥ, ਬੜੇ ਅਕਾਲੀ ਬੈਠੇ ਨੇ ਇੱਥੇ, ਬੜੇ ਹੋਰ ਸਿੰਘ ਯੋਧੇ ਨੇ ਜਿਹੜੇ ਉਹ ਕਰਨ ਵਾਲੇ ਕੰਮ ਕਰਨੇ ਨੇ। ਸੋ ਸਾਡਾ ਪਟਿਆਲੇ ਨਾ ਜਾਣ ਦਾ ਕਾਰਨ ਬੜਾ ਸਪਸ਼ਟ ਸੀ, ਅਤੇ ਉਹ ਕਾਰਨ ਇਹ ਸੀ ਵੀ ਇੱਥੇ ਵੀ ਇਹਨਾਂ ਲੋਕਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਜਿਹੜਾ ਵਾ ਉਹ ਅੱਛਾ ਅਸੀਂ ਜਿਹੜਾ ਵਾ ਉਹ ਇੱਥੇ ਮਾਰਚ ਕੱਢਾਂਗੇ, ਇਸ ਕਰਕੇ ਅਸੀਂ ਇੱਥੇ ਰੁਕੇ ਹੋਏ ਸੀਗੇ। ਹੁਣ ਵੀ ਅਸੀਂ ਇੱਥੇ, ਸਭ ਤੋਂ ਵੱਡੀ ਚੀਜ਼ ਮੈਂ ਵਾਰ ਵਾਰ ਕਹਿੰਦਾ ਹੁੰਦਾ ਯਾਰ, ਆਪ ਆਪਣੇ ਇਲਾਕੇ ਹੀ ਸਾਂਭ ਲਓ ਯਾਰ। ਜ਼ਰੂਰੀ ਨਹੀਂ ਹੁੰਦਾ ਕਿ ਹੁਣ ਅਕਾਲੀ ਹਰ ਜਗ੍ਹਾ ਦੇ ਉੱਤੇ ਪਹੁੰਚੇ, ਜ਼ਰੂਰੀ ਨਹੀਂ ਹੁੰਦਾ ਕਿ ਬਾਬਾ ਬਖਸ਼ੀਸ਼ ਸਿੰਘ ਹਰ ਜਗ੍ਹਾ 'ਤੇ ਪਹੁੰਚੇ ਜਾਂ ਇਹ ਸਿੰਘ ਹਰ ਜਗ੍ਹਾ 'ਤੇ ਜਾਣ। ਨਹੀਂ, ਇੱਦਾਂ ਨਹੀਂ ਹੁੰਦਾ ਹੁੰਦਾ, ਆਪੋ ਆਪਣੇ ਇਲਾਕਿਆਂ ਦੇ ਵਿੱਚ ਦੇਖ ਲਈਏ, ਜਿੱਥੇ ਜਿੱਥੇ ਆਪਾਂ ਨਿਭਾ ਸਕਦੇ ਹਾਂ ਸੇਵਾ ਨਿਭਾਇਆ ਕਰੀਏ। ਸੋ ਗੁਰੂ ਕਿਰਪਾ ਕਰੇ, ਜਿੱਥੇ ਜਿੱਥੇ ਵੀ ਆਪਾਂ ਰਹਿੰਦੇ ਹਾਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਐਕਟਿਵ ਰਿਹਾ ਕਰੀਏ। ਜਦੋਂ ਵੀ ਕੋਈ ਬੰਦਾ ਪਹਿਲ ਕਰਦਾ ਚੜ੍ਹ ਕੇ ਆਉਂਦਾ, ਫਿਰ ਜਵਾਬ ਦੇਣਾ ਬੜਾ ਫਰਜ਼ ਬਣਦਾ ਵਾ। ਬਹੁਤ ਸੋਹਣਾ ਕੱਲ੍ਹ ਨੌਜਵਾਨਾਂ ਉੱਥੇ ਰੋਲ ਨਿਭਾਇਆ, ਬਹੁਤ ਸੋਹਣੇ ਤਰੀਕੇ ਦੇ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ ਜੀਵਨ ਉਹਨਾਂ ਨੇ, ਜਿਵੇਂ ਮੰਦਿਰ ਦਾ ਸਹਾਰਾ ਲਿਆ, ਫਿਰ ਵੀ ਉਹਨਾਂ ਨੇ ਜਿਹੜਾ ਵਾ ਉਹ ਕੋਈ ਨਹੀਂ ਕੀਤਾ। ਬਾਕੀ ਪਰਵਿੰਦਰ ਸਿੰਘ ਜੀ ਤੁਸੀਂ ਕਹਿ ਰਹੇ ਸੀਗੇ ਵੀ ਢੱਡਰੀ ਦੇ ਬੰਦਿਆਂ ਨੂੰ ਮੌਕਾ ਮਿਲ ਜਾਂਦਾ, ਉਹ ਯਾਰ ਉਹਦਾ ਕੁੱਤੇ ਆ ਯਾਰ, ਉਹਨਾਂ ਦੀ ਤੁਸੀਂ ਕੀ ਪਰਵਾਹ ਕਰਦੇ ਜੇ? ਕੁੱਤਿਆਂ ਦੀ ਕੀ ਪਰਵਾਹ ਹੁੰਦੀ? ਕੁੱਤੇ ਦਾ ਕੰਮ ਕੀ ਹੁੰਦਾ? ਭੌਂਕਣਾ ਬਸ, ਤਾਂ ਉਹ ਆਪਾਂ ਭੌਂਕਣ ਵਾਸਤੇ ਰੱਖੇ ਹੋਏ ਨੇ ਸਮਝ ਲਓ। ਸੋ ਉਹਨਾਂ ਨੂੰ ਭੌਂਕਣ ਦਿਆ ਕਰੋ, ਪਰਵਾਹ ਨਹੀਂ ਕਰੀਦੀ ਹੁੰਦੀ ਕੁੱਤੇ ਬਿੱਲੇ ਦੀ। ਆਪਾਂ ਨੂੰ ਪਤਾ ਨਾ ਆਪਾਂ ਕੀ ਕਰਦੇ ਹਾਂ, ਆਪਾਂ ਨੂੰ ਪਤਾ ਆਪਾਂ ਕਿਹਨੂੰ, ਆਪਾਂ ਆਪਣੇ ਗੁਰੂ ਨੂੰ ਜਵਾਬ ਦੇ ਹਾਂ, ਆਪਣੇ ਸ਼ਹੀਦਾਂ ਨੂੰ ਜਵਾਬ ਦੇ ਹਾਂ, ਕਿਸੇ ਕੁੱਤੀ ਬਿੱਲੀ ਨੂੰ ਜਵਾਬ ਦੇ ਨਹੀਂ ਹੈਗੇ ਅਸੀਂ, ਠੀਕ ਹੈ ਨਾ? ਸੋ ਢੱਡਰੀਆਂ ਵਾਲਾ, ਨੇਕੀ ਇਹਦੀਆਂ ਭੇਡਾਂ, ਇਹਨਾਂ ਲੋਕਾਂ ਦੀ ਕਦੀ ਮੈਂ ਪਰਵਾਹ ਨਹੀਂ ਕੀਤੀ। ਇਹਨਾਂ ਨੇ ਕਿੰਨਾ ਕੁਛ ਮੈਨੂੰ ਕੀਤਾ ਬਦਨਾਮ ਕਰਨ ਲਈ, ਮੇਰੀਆਂ ਫੋਟੋਆਂ ਐਡਿਟ, ਪ੍ਰੋਵੋਕੇਸ਼ਨ ਕੀਤੀ, ਕਿੰਨਾ ਕੁਛ ਨੇਕੀ ਨੇ ਮੇਰੇ 'ਤੇ ਚਾਰ ਚਾਰ ਪ੍ਰੋਗਰਾਮ ਕਰ ਛੱਡੇ ਨੇ ਝੂਠੇ ਹੀ, ਹੈ ਨਾ? ਕਿੰਨਾ ਕੁਛ ਮੇਰੇ 'ਤੇ ਇਲਜ਼ਾਮ, ਮੈਨੂੰ ਨਹੀਂ ਪਰਵਾਹ ਯਾਰ। ਸਾਨੂੰ ਪਤਾ ਨਾ ਸੀ ਜਿਹੜੇ ਮੇਰੇ ਨਾਲ ਸੇਵਾ ਕਰਦੇ ਇਹਨਾਂ ਨੂੰ ਪਤਾ ਅਕਾਲੀ ਕੀ ਕਰਦਾ, ਕਿੰਨੇ ਕੁ ਯੋਗਾ ਵਾਂ, ਮੈਂ ਕਿੱਥੇ ਸਟੈਂਡ ਕਰ ਸਕਦਾ। ਅਸੀਂ ਉੰਨੀ ਗੱਲ ਕਰਦੇ ਜਿੰਨੀ ਅਸੀਂ ਕਰਨੀ ਆ। ਹੁਣ ਮੈਂ ਮੰਨ ਲਓ ਐਵੇਂ ਵੜਕਾ ਮਾਰੀ ਦਾ ਵੀ ਪਟਿਆਲੇ ਪਹੁੰਚ, ਮੈਂ ਨਹੀਂ ਸੀ ਜਾਣਾ ਪਟਿਆਲੇ, ਮੈਂ ਇੱਕ ਵਾਰੀ ਨਹੀਂ ਕਿਹਾ ਜਿਹੜੇ ਪਟਿਆਲੇ ਆਏ ਹੋਏ ਨੇ, ਪੁਲਿਸ ਆਈ ਹੈ। ਹੁਣ ਵੇਖੋ ਫਿਰ ਥੱਲੇ ਪੁਲਿਸ ਖੜੀ ਹੈ ਜੀ, ਆ ਕੇ ਕੀ ਕਰੀਏ? ਫਿਰ ਥੱਲੇ ਪੁਲਿਸ ਖੜੀ ਆ ਆ ਕੇ ਵੀ ਉਹਨਾਂ ਨੇ ਕਿਹਾ ਸੀ ਜਿੱਥੇ ਵੀ ਕਿਤੇ ਜਾਣਾ 2 ਦਿਨ ਤੁਸੀਂ ਜਾਣ ਤੋਂ ਪਹਿਲਾਂ ਸਾਨੂੰ ਇਨਫੋਰਮ ਕਰਕੇ ਜਾਣਾ। ਅੱਜ ਅਸੀਂ ਸ਼ਗਨ ਲਾਉਣ ਜਾਣਾ ਆਪਣੀ ਕਿਤੇ ਭਤੀਜੀ ਦਾ ਮੋਗੇ, ਅਤੇ ਸਾਨੂੰ ਉੱਥੇ ਵਾਸਤੇ ਥੱਲੇ ਬਲ ਫਲ ਪੁਲਿਸ ਖੜੀ ਆ, ਅਤੇ ਤੁਹਾਨੂੰ ਦਿਖਾ ਹੀ ਦਿੰਦੇ ਸ਼ਾਇਦ, ਇਹ ਨਾ ਹੋਵੇ ਕਿ ਸਾਡੇ ਭੈਣ ਭਰਾ ਕਹਿਣ ਆਏ ਸੀ। ਬਹੁਤ ਬੰਦ ਕਰਕੇ ਆ ਜਾਓ, ਨਹੀਂ ਥੱਲੇ ਚੱਲ ਜਾਂਦੇ ਹੈਗੇ। ਉਹ ਤਾਂ ਬੰਦ ਕਰਿਆ, ਪੱਖਾ ਪੱਖਾ ਦਰਵਾਜ਼ਾ ਬੰਦ ਕਰਿਆ। ਕੌਣ ਹੈ? ਕਿਹੜੇ ਪੁਲਿਸ ਵਾਲੇ? ਹਾਂਜੀ ਭਾਅ ਜੀ, ਵਧੀਆ ਜੀ। ਸੋ ਇਹ ਕੱਲ੍ਹ ਵੀ ਇਹ ਵੀਰ ਦੀ ਡਿਊਟੀ ਇੱਥੇ ਲੱਗੀ ਸੀਗੀ ਵੀ ਇੱਥੇ ਬਹੂਗਾ ਅਤੇ ਇੱਥੇ ਬਹਿ ਕੇ ਅਤੇ ਨਿਗਾਹ ਰੱਖੂਗਾ, ਕਿਤੇ ਵੀ ਜਾਣਾ ਵਾ ਅਤੇ ਇਹ ਦੱਸਣਗੇ ਵੀ, ਦੱਸ ਕੇ ਜਾਣਾ ਇਹਨਾਂ ਨੂੰ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ।
ਅੱਜ ਫਿਰ ਉਸ ਵੀਰ ਦੀ ਡਿਊਟੀ ਇੱਥੇ ਲਾ ਦਿੱਤੀ ਗਈ ਹੈ। ਸੋ ਹੁਣ ਅਸੀਂ ਕਿਤੇ ਜਾਣਾ ਵਾ, ਮੰਨ ਲਓ ਆਪਣੇ ਪਰਿਵਾਰ ਦੇ ਨਾਲ ਕਿਤੇ ਜਾਣਾ ਵਾ, ਅਤੇ ਉਹ ਵੀ ਕੀ ਅਸੀਂ ਪੁਲਿਸ ਨੂੰ ਦੱਸ ਦੱਸ ਕੇ ਜਾਵਾਂਗੇ? ਸਾਡੇ ਨਾਲ ਤਾਂ ਫਿਰ ਇੱਦਾਂ ਦਾ ਵਰਤਾਰਾ ਵਾ ਨਾ। ਹਾਂਜੀ ਵੀਰ ਜੀ, ਹੁਕਮ ਕਰੋ। ਯਾਰ ਮੈਂ ਕੱਲ੍ਹ ਦੱਸਿਆ ਸੀ, ਹੁਣ ਜਿਹੜੇ ਪਰਿਵਾਰਕ ਕੰਮ ਆਪਣੇ ਉਹ ਤਾਂ ਅਸੀਂ ਕਰਾਂਗੇ ਨਾ ਵੀਰ ਜੀ। ਮੇਰੀ ਕਰਾਓ, ਐਸ ਐਚ ਓ ਨਾਲ ਗੱਲ ਕਰਾਓ। ਹਾਂਜੀ ਉਹ ਲੱਗੇ ਨੇ ਤੇ ਕਹਿੰਦੇ ਕਰਕੇ ਕਰਾਓ, ਮੇਰੀ ਗੱਲ ਕਰਾਓ। ਇੱਥੇ ਲਾ ਦੇ ਪੁੱਤ, ਇੱਥੇ ਲਾ ਦੇ। ਹਾਂ ਇੱਧਰਲੇ ਬੰਨੇ ਕਰ ਦੇ। ਸੋ ਇਹ ਵੀਰ ਹੁਣ ਇੱਥੋਂ ਚੌਂਕੀਓਂ ਆਏ ਨੇ ਜੀ, ਸਾਡੇ ਲੋਕਲ ਥਾਣਿਓਂ। ਕੱਲ੍ਹ ਵੀ ਡਿਊਟੀ ਇਹਨਾਂ ਦੀ ਲੱਗੀ ਸੀ, ਚਲੋ ਡਿਊਟੀ ਸਮਝ ਸਕਦੇ ਇਹਨਾਂ ਦੀ। ਹੁਣ ਅਸੀਂ ਆਪਣੇ ਪਰਸਨਲ ਕੰਮ ਜਾਣਾ ਅੱਜ ਲਾ ਲਓ, ਉਹਦੀ ਵੀ ਸਾਡੇ ਨੂੰ ਕਹਿੰਦੇ ਵੀ ਸਾਨੂੰ ਪਹਿਲਾਂ ਦੱਸ ਕੇ ਜਾਓ ਤੁਸੀਂ ਕਿੱਥੇ ਜਾਣਾ ਵਾ। ਸੋ ਜਿਹੜੇ ਭੈਣ ਭਰਾ ਸਾਡੇ ਗੱਲ ਕਰਦੇ ਨੇ ਉਹ ਨਾ ਤੁਸੀਂ ਕੋਈ ਵੀ, ਸੋ ਦੇਖ ਲਿਆ ਕਰੋ ਪਹਿਲਾਂ ਵੀ ਸਾਨੂੰ ਵੀ ਤਾਂ ਮਾਨਸਿਕ ਤੌਰ 'ਤੇ ਇੰਨਾ ਪਰੇਸ਼ਾਨ ਕਰਦੇ ਹੀ ਨੇ ਨਾ, ਪਰ ਅਸੀਂ ਨਹੀਂ ਹੁੰਦੇ, ਸਾਨੂੰ ਕੋਈ ਪਰਵਾਹ ਨਹੀਂ ਆ, ਅਸੀਂ ਡਟ ਕੇ ਖੜ੍ਹੇ ਹਾਂ, ਇਸੇ ਤਰ੍ਹਾਂ ਖੜ੍ਹੇ ਰਹਿਣਾ। ਸੋ ਇਹਨਾਂ ਦੀ ਡਿਊਟੀ ਆ, ਸਮਝ ਸਕਦੇ ਹਾਂ ਆਪਣਾ ਕੋਈ ਲਾਅ ਐਂਡ ਆਰਡਰ ਵਗੈਰਾ ਇਹ ਮੇਨਟੇਨ ਰੱਖਣਾ ਚਾਹੁੰਦੇ ਨੇ, ਰੱਖਣ। ਸਾਡੇ ਉਹਨਾਂ ਦਾ ਕਦੀ ਵੀ ਕੋਈ ਪਹਿਲ ਨਹੀਂ ਕੀਤੀ ਜਾਂਦੀ ਰਹੀ। ਸੋ ਅੱਜ ਪਰਸਨਲੀ ਵੀ ਜੇ ਕਿਸੇ ਦੀ ਆਪਣਾ ਕੋਈ ਕਾਰਜ ਕਰਨਾ ਵਾ ਤਾਂ ਉਹਦੇ ਵਾਸਤੇ ਦੱਸ ਕੇ ਜਾਣ ਦੀ ਗੱਲ ਕੀਤੀ ਜਾਂਦੀ ਹੈ। ਚਲੋ ਕੋਈ ਗੱਲ ਨਹੀਂ, ਸਮਝ ਸਕਦੇ ਹਾਂ, ਡਿਊਟੀਆਂ ਇਹਨਾਂ ਦੀਆਂ। ਤੁਸੀਂ ਕਰਾਉਣੀ ਮੇਰੀ ਗੱਲ ਹੈ ਸੱਚੋ ਨਾਲ? ਹਾਂਜੀ ਚੁੱਕਣੀ ਦੇਣਗੇ। ਅੱਛਾ ਚਲੋ ਚੜ੍ਹਦੀ ਕਲਾ ਜੀ, ਇਹਨਾਂ ਨੂੰ ਦੱਸ ਦਈਏ ਜੀ, ਰਿਪੋਰਟ ਦੇ ਦਈਏ ਵੀ ਕਿੱਥੇ ਜਾਣਾ ਵਾ। ਸੋ ਸੰਗਤ ਨੂੰ ਇਹ ਬੇਨਤੀ ਹੈ ਕਿ ਆਪਸੀ ਵਿੱਚ ਕੋਈ ਆਪਾਂ ਵਾਦ ਵਿਵਾਦ ਨਾ ਕਰਿਆ ਕਰੀਏ, ਜਿਹੜਾ ਕੋਈ ਜਿੰਨਾ ਜਿੰਨਾ ਰੋਲ ਨਿਭਾਉਂਦਾ ਠੀਕ ਆ। ਬਾਕੀ ਜਿਹੜੀ ਸਰਕਾਰ ਦੀ ਗੱਲ ਆ, ਪੰਜਾਬ ਸਰਕਾਰ ਦੀ, ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਇਹਦੇ 'ਤੇ ਕੀ ਰੋਲ ਨਿਭਾਉਂਦੀ ਆ, ਅਤੇ ਕੀ ਉਹ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਜਿਹੜਾ ਵਾ ਉਹ ਨੱਥ ਪਾਉਂਦੀ ਆ ਕਿ ਨਹੀਂ ਪਾਉਂਦੀ। ਅਤੇ ਜੇ ਪਾਉਂਦੀ ਆ ਨੱਥ ਤਾਂ ਬਹੁਤ ਵਧੀਆ ਗੱਲ ਆ, ਜੇ ਨਹੀਂ ਨੱਥ ਪਾਉਂਦੀ ਤਾਂ ਫਿਰ ਆਨੰਦ ਆ ਜੀ। ਹਾਂਜੀ ਇੰਚਾਰਜ ਸਾਹਿਬ, ਵਧੀਆ ਭਾਅ ਜੀ, ਵਧੀਆ ਜੀ, ਹੁਕਮ ਕਰੋ। ਹਾਂਜੀ ਹਾਂਜੀ ਬੜੀ, ਚਲੋ ਧੰਨਵਾਦ ਪ੍ਰਸ਼ਾਸਨ ਦਾ ਵੀ, ਕੱਲ੍ਹ ਸ਼ਾਂਤੀ ਰੱਖੀ ਅੰਮ੍ਰਿਤਸਰ 'ਚ। ਕਰਤੂਤਾਂ ਮਾੜੀਆਂ ਕਰਨਗੇ ਤਾਂ ਭਾਅ ਜੀ ਫਿਰ ਕੁਛ ਹੋਣਾ ਹੀ ਹੈ ਜੀ, ਹੁਕਮ ਕਰੋ ਜੀ। ਹਾਂਜੀ ਹਾਂਜੀ ਉਹ ਲੱਗਿਆ ਜੀ ਪਤਾ ਸਾਨੂੰ। ਹਾਂਜੀ ਤਾਂ ਅਸੀਂ ਵੀਰ ਜੀ, ਸਾਡਾ ਪਰਿਵਾਰਕ ਕਾਰਜ ਹੀ ਆ, ਕੋਈ ਸਾਡੀ ਭਤੀਜੀ ਦਾ ਆਨੰਦ ਕਾਰਜ ਆ ਅਤੇ ਉਹਦੇ ਸ਼ਗਨ 'ਤੇ ਜਾਂਦੇ ਹਾਂ, ਚੱਲੇ ਚੱਲੇ। ਕੋੜੀ ਸਿੱਖਾਂ ਲਾਗੇ ਪਿੰਡ ਆ ਤਲਵੰਡੀ ਜੀ ਜੀ, ਵਿਦ ਫੈਮਿਲੀ ਜਾ ਰਹੇ। ਕੋਈ ਗੱਲ ਨਹੀਂ, ਕੋਈ ਨਹੀਂ, ਕੋਈ ਦੱਸ ਦਿਓ ਦੱਸ ਦਿਓ। ਚੰਗਾ ਵੀਰ ਜੀ, ਕੋਈ ਨਹੀਂ, ਹੋਰ ਜਲ ਪਾਣੀ ਜੀ। ਸੋ ਕੋਈ ਗੱਲ ਨਹੀਂ, ਸੁਣਿਆ ਤੁਹਾਡੀ ਡਿਊਟੀ, ਅਸੀਂ ਤੁਹਾਨੂੰ ਕੋਈ ਨਹੀਂ ਕਹਿ ਰਹੇ, ਤੁਸੀਂ ਡਿਊਟੀ ਕਰੋ ਆਪਣੀ। ਚੰਗਾ ਜੀ, ਸੋ ਚੜ੍ਹਦੀ ਕਲਾ ਜੀ, ਇਹ ਲਾਈਵ ਤੁਹਾਨੂੰ ਤਾਂ ਦਿਖਾਤਾ ਵੀ ਦੇਖ ਲਓ ਵੀ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਪਾਬੰਦੀਆਂ ਲੱਗਦੀਆਂ ਨੇ, ਪਰ ਹੁਣ ਚਲੋ ਵਧੀਆ ਹੋ ਗਿਆ ਵੀ ਵੇਚੀ ਇਹ ਲਾਈਵ ਦੇ ਸਾਰੀ ਕਲੀਅਰ ਹੋ ਗਈ ਗੱਲ ਵੀ ਪਾਬੰਦੀਆਂ ਜਿਹੜੀਆਂ ਲਾਈਆਂ ਜਾਂਦੀਆਂ ਨੇ, ਫਿਰ ਕੀ ਹੁਣ ਸਰਕਾਰਾਂ ਜਿਹੜੀਆਂ ਨੇ ਉਹ ਇਹਨਾਂ ਸ਼ਿਵ ਸੈਨਿਕਾਂ 'ਤੇ ਵੀ ਪਾਬੰਦੀਆਂ ਲਾਉਣਗੀਆਂ ਕਿ ਨਹੀਂ ਲਾਉਣਗੀਆਂ, ਇਹ ਦੇਖਣ ਵਾਲਾ ਹੋਊਗਾ।